ਜਿਹੜਾ ਵਧੀਆ ਸਪੀਡ ਫੜੀ ਹੈ ਜੀ ਜੀ, ਅਤੇ ਉਮੀਦ ਕਰਦੇ ਹਾਂ ਤਾਂ ਬਹੁਤ ਵਧੀਆ ਬਹੁਤ ਤਰ੍ਹਾਂ ਜਿੱਤਾਂਗੇ। ਇਹੀ ਹਰ ਇੱਕ ਦੀ ਨਿਗਾਹ ਟਿਕੀ ਹੋਈ, ਇਨਸਾਫ ਮਿਲੂਗਾ ਸਿੱਧੂ ਨੂੰ, ਮੂਸੇ ਵਾਲੇ ਨੂੰ, ਪਰਿਵਾਰ ਨੂੰ ਮਿਲੂਗਾ। ਬਹੁਤ ਦੇਰ ਹੋ ਗਈ ਜੀ ਇਲੈਕਸ਼ਨ ਆਉਣ, ਕੀ ਕਹਿਣਾ ਚਾਹੁੰਦੇ? ਬਿਲਕੁਲ ਉਮੀਦ ਕਰ ਸਕਦੇ ਹਾਂ, ਪਰੰਤੂ ਜੋ ਸਰਕਾਰ ਵੱਲੋਂ ਸਮੇਂ ਸਮੇਂ ਦੇ ਉੱਤੇ ਤਰੀਕੇ ਉਡਾਏ ਜਾ ਰਹੇ ਆ, ਤੁਹਾਡੇ ਸਾਹਮਣੇ ਵੀ 2 ਸਾਲ ਹੋ ਗਏ, ਹਾਲੇ ਅਸੀਂ ਚਾਰਜ ਫਰੇਮ ਕਰਨ ਦੇ ਵਿੱਚ ਹੀ ਕਾਮਯਾਬ ਹੋਏ ਜੀ ਜੀ ਜੀ। ਸਾਨੂੰ ਚਾਰਜ ਫਰੇਮ ਕਰਨਾ ਹੀ ਫੈਸਲੇ ਵਰਗਾ ਲੱਗਿਆ ਵੀ ਘੱਟੋ ਘੱਟ ਕੇ ਸ਼ੁਰੂ ਤਾਂ ਹੋਇਆ, ਤਾਂ ਉਸੇ ਦੀ ਐਫਰਟ ਇਹ ਹੈ। ਸਾਨੂੰ ਉਮੀਦ ਹੈ ਵੀ ਪਹਿਲਾਂ ਮੈਂ ਇਕੱਲਾ ਸੀ, ਸ਼ਾਇਦ 5-7 ਜਣਿਆਂ ਨੇ ਜਿਹੜੇ ਜਿੰਨੀਆਂ ਵੀ ਸੀਟਾਂ ਵੱਧ ਤੋਂ ਵੱਧ ਕਾਂਗਰਸ ਨੂੰ ਲਵੇ ਤਾਂ ਜਾ ਕੇ ਆਵਾਜ਼ ਚੁੱਕਣਾ, ਉਮੀਦ ਕਰ ਸਕਦਾ ਮੈਂ। ਬੇਟਾ ਚਰਚਾ ਸੀਗੀ ਔਰ ਮੈਨੂੰ ਆਫਰ ਵੀ ਦਿੱਤੀ ਗਈ ਸੀ ਵੀ ਤੁਸੀਂ ਲੜੋ, ਪਰੰਤੂ ਮੇਰੀ ਆਪਣੀ ਜਿਹੜੀ ਘਰੇਲੂ ਹਾਲਾਤ ਕੁਛ ਇਸ ਤਰ੍ਹਾਂ ਦੇ ਸੀ ਹਲੇ, ਤਾਂ ਮੇਰੀ ਜਿਹੜੀ ਪਹਿਲ ਆ ਉਹ ਜਸਟਿਸ ਦੀ ਸੀ, ਤਾਂ ਇਸ ਕਰਕੇ ਮੈਂ ਮੇਰਾ ਪੂਰਾ ਧਿਆਨ ਕੇਸ ਵਾਲੇ ਪਾਸੇ ਹੈ ਅਤੇ ਚੋਣਾਂ ਤਾਂ ਆਉਂਦੀਆਂ ਰਹਿਣੀਆਂ 2-2.5 ਸਾਲ ਬਾਅਦ, ਕਦੇ ਕੋਈ ਗੱਲ ਨਹੀਂ, ਜੇ ਹੋਇਆ ਕੀੜਾ ਤਾਂ ਕਦੇ ਫਿਰ ਵਿਧਾਨ ਸਭਾ ਚੋਣਾਂ ਲੜ ਸਕਦੇ? ਬੇਟਾ ਹਾਲੇ ਟਾਈਮ ਪਿਆ ਹੈ ਨਾ, ਸਮਾਂ ਪਿਆ, ਜੇ ਕੋਈ ਤੁਹਾਡੇ ਸਾਹਮਣੇ ਜਦੋਂ ਮੈਂ ਪੋਲੀਟੀਕਲ ਪਾਰਟੀ ਫਿਰਦਾ ਲੜਦਾ ਕੋਈ ਵੀ ਸਕਦਾ ਹੈ ਨਾ, ਪਰੰਤੂ ਦੇਖਣਾ ਪੈਂਦਾ ਆਪਦੀ ਪੋਜੀਸ਼ਨ, ਘਰ ਦਾ ਸਿਸਟਮ, ਸਾਰਾ ਕੁਛ ਜਦੋਂ ਅਨੁਕੂਲ ਹੋਏਗਾ ਤਾਂ ਜ਼ਰੂਰ ਲੜ ਲਾਂਗੇ। ਕਿਵੇਂ ਹੈ ਜੀ ਕਾਂਗਰਸ ਪਾਰਟੀ ਨਾਲ ਨਾਰਾਜ਼ਗੀ ਸੀ ਪਹਿਲਾਂ? ਬੇਟਾ ਮੈਨੂੰ ਸਮਝ ਨਹੀਂ ਆਇਆ ਬੇਟਾ, ਨਹੀਂ ਕਾਂਗਰਸ ਨੇ ਮੇਰੀ ਨਾਰਾਜ਼ਗੀ ਕਾਹਦੀ ਹੈ? ਠੀਕ ਹੈ, ਕੁਛ ਹਾਲਾਤ ਇੱਦਾਂ ਦੇ ਸੀਗੇ ਜਿੱਦਾਂ ਕੋਈ ਤਰ੍ਹਾਂ ਤਰ੍ਹਾਂ ਦੀਆਂ ਸੋਸ਼ਲ ਮੀਡੀਆ 'ਤੇ ਗੱਲਾਂ ਆ ਜਾਂਦੀਆਂ ਨੇ, ਕੋਈ ਹਾਈ ਕਮਾਂਡ ਨਾਲ ਸਾਰੇ ਆ ਤੁਹਾਡੇ ਸਾਹਮਣੇ ਗਏ ਨੇ ਸਾਰੇ ਲੀਡਰ, ਤਾਂ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ, ਕਿਉਂਕਿ ਕਾਂਗਰਸ ਪਾਰਟੀ ਦੇ ਨਾਲ ਅਲਾਇੰਸ ਹੋਇਆ ਆਮ ਆਦਮੀ ਪਾਰਟੀ ਦਾ, ਅਤੇ ਆਮ ਆਦਮੀ ਪਾਰਟੀ ਦਾ ਤੁਸੀਂ ਕਹਿੰਦੇ ਹੋ ਕਿ ਜਿੰਨਾ ਸਿੱਧੂ ਮੂਸੇਵਾਲੇ ਦੀ ਮੌਤ ਕਾਰਨ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਨੈਗਲੀਜੈਂਸ ਕਾਰਨ, ਉਸੀ ਪਾਰਟੀ ਨਾਲ ਅਲਾਇੰਸ ਹੈ ਅਲਾਇੰਸ, ਉਹ ਸੈਂਟਰ ਦੀ ਗੱਲ ਹੈ ਬੇਟਾ, ਜਿੱਥੋਂ ਇੱਥੇ ਵੀ ਮੇਰਾ ਜਿਹੜਾ ਆਮ ਪਾਰਟੀ ਦੇ ਨਾਲ ਕੋਈ ਵਿਰੋਧ, ਕੋਈ ਰੰਜਿਸ਼ ਨਹੀਂ ਹੈ ਕਿਸੇ ਕਿਸਮ ਦੀ ਵੀ, ਕੋਈ ਮੇਰਾ ਵਿਅਕਤੀਗਤ ਮਤਭੇਦ ਆ ਉਹਨਾਂ ਨਾਲ, ਪਰੰਤੂ ਜਿਹੜੀਆਂ ਅਣਗਹਿਲੀਆਂ ਆਮ ਆਦਮੀ ਪਾਰਟੀ ਨੇ ਮੇਰੇ ਪੁੱਤ ਦੇ ਜਸਟਿਸ ਦੇ ਵਿੱਚ ਕੀਤੀਆਂ ਨੇ, ਮੇਰਾ ਉਹੀ ਸ਼ਿਕਵੇ ਨੇ ਆਮ ਪਾਰਟੀ ਨਾਲ, ਇਹਨਾਂ ਨੇ ਮੈਨੂੰ ਮੇਰੇ ਨਾਲ ਪ੍ਰੋਪਰਲੀ ਬਹਿ ਕੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ, ਮੇਰੀ ਸ਼ਿਕਾਇਤ ਨੂੰ ਸੁਣਿਆ ਵੀ ਨਹੀਂ ਗਿਆ, ਉਹ ਤਾਂ ਉਹਦਾ ਸਲੂਸ਼ਨ ਕੱਢਣਾ ਤਾਂ ਅਲੱਗ ਗੱਲ ਰਹਿ ਗਈ, ਉਸ ਤੋਂ ਬਾਅਦ ਦੀ ਮਿਲਣ ਦਾ ਸਮਾਂ ਨਹੀਂ ਦਿੰਦੇ। ਦੇਖੋ ਸਿਕਿਉਰਿਟੀ ਵਿਡਰਾ ਕੀਤੀ ਹੈ, ਤੁਹਾਡੇ ਸਾਹਮਣੇ ਇਨਕਸ਼ਾਫ ਵੀ ਕੀਤਾ, ਇਹਨਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਵੀ ਕਰ ਦਿੱਤਾ ਵੀ ਅਸੀਂ ਸਿਕਿਉਰਟੀ ਘਟਾਈ ਤਾਂ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ, ਅਦਰਵਾਈਜ਼ ਉਸ ਤੋਂ ਪਹਿਲਾਂ 15 ਦਿਨ ਅਸੀਂ ਬਿਨਾਂ ਕੋਈ ਗਨਮੈਨ ਤੋਂ, ਸਾਡੇ ਕੋਲ ਇੱਕ ਵੀ ਗਨਮੈਨ ਨਹੀਂ ਸੀ, ਅਸੀਂ ਆਪਦੇ ਘਰ ਬੜੀ ਆਰਾਮ ਨਾਲ ਖੈਰ ਸੁੱਖ ਨਾਲ ਰਹਿ ਰਹੇ ਸੀ। ਕਤਲ ਕਦੋਂ ਹੋਇਆ? ਜਦੋਂ ਉਹਨਾਂ ਨੇ ਸਿਕਿਉਰਟੀ ਵਿਡਰਾ ਦਾ ਸੋਸ਼ਲ ਮੀਡੀਆ ਦੇ ਉੱਤੇ ਪਾਇਆ, ਪਰੰਤੂ ਉਹ ਤਿੰਨੇ ਅਸੀਂ ਜਿਨ੍ਹਾਂ ਦੇ ਨਾਂ ਲਏ, ਮੈਡਮ ਊਸ਼ੀ ਦਾ ਲਿਆ, ਬਲਤੇਜ ਪੰਨੂ ਦਾ ਲਿਆ, ਇੱਕ ਸ਼ਾਇਦ ਕੋਈ ਬਰਵਾਲ ਸਾਹਿਬ ਹੈ ਸ਼ਾਇਦ, ਅਸੀਂ ਤਿੰਨਾਂ ਦੇ ਨਾਮ ਲਏ, ਪਰੰਤੂ ਸਰਕਾਰ ਨੇ ਜਵਾਬ ਤਲਬੀ ਕਰਨਾ ਵੀ ਯੋਗ ਨਹੀਂ ਸਮਝਿਆ ਉਸ ਗੱਲ ਦਾ, ਉਸ ਗੱਲ ਦਾ ਹੀ ਮੇਰਾ ਰੋਸ ਆ। ਹੋਰ ਮੇਰਾ ਆਮ ਪਾਰਟੀ ਨਾਲ ਕੋਈ ਵੱਟਦਾ ਰੋਲਾ ਨਹੀਂ ਹੈ ਕਿਸੇ ਗੱਲ ਦਾ। ਬਿਲਕੁਲ ਜੀ ਕਰੂੰਗਾ, ਬਿਲਕੁਲ ਕਰੂੰਗਾ, ਬਠਿੰਡਾ ਤੋਂ ਜਿਹੜੇ ਕੈਂਡੀਡੇਟ ਆ ਉਹਨਾਂ ਨੇ ਅੱਜ ਨੋਮੀਨੇਸ਼ਨ ਕੀਤੀ ਹੈ, ਤਾਂ ਉਹਨਾਂ ਨੂੰ ਸਪੋਰਟ ਦਾ ਭਰੋਸਾ ਦੇਣ ਲਈ ਇੱਥੇ ਮੈਂ ਪਹੁੰਚਿਆ। ਇਨਸਾਫ ਦੀ ਗੱਲ ਬਾਰ ਬਾਰ ਚੱਕ ਰਹੇ ਹੋ, ਮੂਸੇ ਵਾਲੇ ਦੀ ਇਨਸਾਫ ਨਹੀਂ ਹੋ ਰਿਹਾ, ਪਾਰਲੀਮੈਂਟ 'ਚ ਗੱਲ ਹੋਣੀ ਚਾਹੀਦੀ ਹੈ। ਹਾਂਜੀ, ਇਨਸਾਫ ਤਾਂ ਜਦੋਂ ਮਿਲ ਹੀ ਨਹੀਂ ਰਿਹਾ ਜੀ, ਮੈਂ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਕੇ ਹਟਿਆ ਵੀ 2 ਸਾਲਾਂ ਦੇ ਵਿੱਚ ਮੈਨੂੰ ਫੈਸਲੇ ਵਰਗੀ ਖੁਸ਼ੀ ਹੋਈ ਹੈ ਵੀ ਮੇਰੇ ਕੇਸ ਦੇ ਵਿੱਚ ਚਾਰਜ ਫਰੇਮ ਹੋ ਗਏ,
ਮੈਨੂੰ ਇਸ ਤਰ੍ਹਾਂ ਲੱਗਿਆ ਵੀ ਬਹੁਤ ਵੱਡੀ ਗੱਲ ਹੋ ਗਈ, ਨਹੀਂ ਤਾਂ ਇਸ ਮੈਂ ਇੰਨਾ ਨਿਰਾਸ਼ ਸੀ ਇਸ ਗੱਲ ਤੋਂ ਲੈ ਕੇ ਵੀ 27 ਦੋਸ਼ੀ ਆਈ ਵਾਰ ਇੱਕ ਅੱਧੀ ਐਪਲੀਕੇਸ਼ਨ ਕੋਈ ਲਾ ਦਿੰਦਾ ਇੱਧਰ ਇਹਨਾਂ ਅਦਾਲਤ ਦਾ ਸਮਾਂ ਜਾਇਆ ਕਰ ਰਹੇ ਨੇ ਉਹ, ਤਾਂ ਕੇਸ ਲਟਕਦਾ ਲਟਕਦਾ 2 ਸਾਲ ਲੰਘ ਗਏ, 24 ਮਹੀਨਿਆਂ ਬਾਅਦ ਚਾਰਜ ਫਰੇਮ ਹੋਇਆ ਅਤੇ ਐਸ 20 ਤੋਂ ਐਵੀਡੈਂਸ ਸਟਾਰਟ ਹੋ ਜਾਣੀ ਹੈ। ਸ਼ੁਕਰ ਹੈ ਪਰਮਾਤਮਾ ਦਾ। ਸਰ ਸਿੱਧੂ ਦੇ ਸਮਰਥਕ ਚਾਹੁੰਦੇ ਤੁਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਾ ਤੁਰੋ, ਪਰ ਅੱਜ ਤੁਸੀਂ ਇੱਥੇ ਵੀ ਆਏ ਹੋ, ਘਰ ਵੀ ਤੁਹਾਡੇ ਸਿੱਧੂ ਸਾਹਿਬ ਗਏ ਸੀ, ਕਿ ਸਮਰਥਕ ਇਸ ਵੱਲੋਂ ਖੁਸ਼ ਹੋ? ਮੈਂ ਕਿਹਾ ਸੀ ਇਹ ਗੱਲ ਸਮਰਥਕ ਦੇ ਜਿਹੜੇ ਸੋਸ਼ਲ ਮੀਡੀਆ 'ਤੇ ਪੈਂਦੇ ਵੀ ਕਿਸੇ ਵੀ ਪਾਰਟੀ ਨਾਲ ਨਾ ਤੁਰਿਆ ਜਾਵੇ, ਕਿਉਂਕਿ ਬੇਟਾ ਦੇਖੋ 1.7 ਤਾਂ ਮੈਨੂੰ ਇੰਸਟਾ ਦੇ ਉੱਤੇ ਫੋਲੋ ਕਰਦੇ ਆ, ਹੈ ਨਾ ਜੀ ਜੀ, ਫੇਸਬੁੱਕ 'ਤੇ ਵੀ ਹੈ, ਟਵਿੱਟਰ 'ਤੇ ਵੀ ਹੈ, ਪਰੰਤੂ ਮੈਨੂੰ ਸਿੱਧੇ ਤੌਰ 'ਤੇ ਤਾਂ ਹਾਲੇ ਕਿਸੇ ਬੱਚੇ ਨੇ ਇਹ ਗੱਲ ਨਹੀਂ ਕਹੀ ਵੀ ਤੁਹਾਨੂੰ ਪਾਪਾ ਨਹੀਂ ਇਸ ਪਾਸੇ ਜਾਣਾ ਚਾਹੀਦਾ ਸੀ, ਪਰੰਤੂ ਠੀਕ ਹੈ ਇਸ ਮੇਰੇ ਨਾਲ ਜਿਹੜੇ ਜਿੰਨੇ ਸਾਡੇ ਚੋਣ ਹੈ ਜਿਹੜੇ ਉਹ ਹਰ ਵਰਗ ਹਰ ਧਰਮ ਹਰ ਜਾਤ ਨਾਲ ਜੁੜੇ ਹੋਏ ਨੇ, ਉਹ ਕਿਸੇ ਦੇ ਵਿਚਾਰ ਵੱਖ ਹੋ ਸਕਦੇ ਆ, ਪਰੰਤੂ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਤੁਹਾਡੇ ਮਾਧਿਅਮ ਨਾਲ ਦਿਵਾਉਣਾ ਚਾਹੁੰਦਾ, ਮੈਂ ਤੁਸੀਂ ਮੇਰੇ 'ਤੇ ਵਿਸ਼ਵਾਸ ਰੱਖਿਓ, ਮੈਂ ਉਹਨਾਂ ਵਿਕਣ ਵਾਲਿਆਂ 'ਚੋਂ ਨਹੀਂ ਹਾਂ, ਪਰੰਤੂ ਮੈਂ ਜਿਹੜੀ ਮੇਰੀ ਲਾਈਨ ਹੈ ਮੈਨੂੰ ਲੱਗਿਆ ਵੀ ਇੱਥੇ ਜਦੋਂ ਮੈਂ ਸਾਰਿਆਂ ਨਾਲ 2 ਸਾਲ ਦੇ ਵਿੱਚ ਮੈਂ ਕੋਈ ਦਰ ਨਹੀਂ ਛੱਡਿਆ, ਮੈਂ ਭਾਜਪਾ ਕੋਲ ਵੀ ਗਿਆ, ਮੈਂ ਆਮ ਆਦਮੀ ਪਾਰਟੀ ਦਾ ਮਿਲਣ ਦੀ ਕੋਸ਼ਿਸ਼ ਕੀਤੀ, ਉਹ ਤਾਂ ਮੇਰੇ ਮੱਥੇ ਹੀ ਨਹੀਂ ਲੱਗੇ, ਪਰੰਤੂ ਮੈਂ ਹਰ ਲੀਡਰ ਨੂੰ ਮਿਲਿਆ ਇਸ ਮਾਮਲੇ ਦੇ ਵਿੱਚ, ਤਾਂ ਮੈਂ ਸਾਰੀ ਚੀਜ਼ ਦਾ ਨਿਚੋੜ ਜਿਹਾ ਕੱਢ ਕੇ ਦੇਖਿਆ ਵੀ ਜੇ ਕੋਈ ਗੱਲ ਸਹੀ ਢੰਗ ਨਾਲ ਉੱਥੋਂ ਤੱਕ ਰੱਖੀ ਜਾ ਸਕਦੀ ਹੈ ਤਾਂ ਮੈਨੂੰ ਇੱਥੇ ਥੋੜ੍ਹਾ ਜਿਹਾ ਵਿਸ਼ਵਾਸ ਮੇਰਾ ਵੱਧ ਗਿਆ, ਤਾਂ ਮੈਂ ਇਹਨਾਂ ਨਾਲ ਪਰ ਇੱਥੇ ਮੈਂ ਆਲਰੇਡੀ ਪਹਿਲਾਂ ਵੀ ਹਾਂ ਵੀ 1 ਨੰਬਰ ਤੋਂ, ਤਾਂ ਉਹ ਕੋਈ ਗੱਲ ਹੁੰਦੀ ਤੁਸੀਂ ਮੈਨੂੰ ਪੁੱਛੋ ਵੀ ਮੈਂ ਕਹਿੰਦਾ ਵੀ ਹੁਣ ਤਾਂ ਮੈਂ ਵੱਖ ਹਾਂ, ਕੱਲ੍ਹ ਹੁਣ ਮੈਂ ਇੱਧਰ ਆ ਗਿਆ, ਮੰਨ ਲਓ ਵੀ ਮੈਂ ਯਾਦ ਖੜਾ ਹੋ ਜਾਂਦਾ, ਤਾਂ ਮੈਂ ਕਹਿੰਦਾ ਵੀ ਮੈਂ ਯਾਦ ਖੜਾ, ਵੋਟਾਂ ਮੈਂ ਸਾਰੇ ਨਹੀਂ ਲੈਣਾ, ਉਸ ਤੋਂ ਮਗਰੋਂ ਜਿੱਤਣ ਤੋਂ ਬਾਅਦ ਕਹਿੰਦਾ ਹੁਣ ਮੈਂ ਫਲਾਨੀ ਹੈ, ਅਸੀਂ ਕਲੀਅਰ ਲਾਈਨ ਦਾ ਬੰਦਾ, ਮੈਂ ਜਿੱਥੇ ਖੜਾ ਮੈਂ 70-75 ਤੋਂ ਜਦੋਂ ਸਾਡੀ ਅਸੈਂਬਲੀ ਮੈਂ ਕਾਂਗਰਸ ਨੂੰ ਵੋਟ ਕਰਦਾ ਰਿਹਾ, ਹੁਣ ਵੀ ਕਰ ਰਿਹਾ, ਤਾਂ ਮੇਰਾ ਬੇਟੇ ਨੇ ਵੀ ਵਿਧਾਨ ਸਭਾ ਕਾਂਗਰਸ ਦੀ ਸੀਟ ਲੜੀ ਹੈ, ਅਤੇ ਜੇ ਮੈਂ ਕਾਂਗਰਸ ਦੀ ਹਮਾਇਤ ਕਰਦਾ ਮੈਨੂੰ ਤਾਂ ਕੋਈ ਗੁਨਾਹ ਵਾਲੀ ਗੱਲ ਜੀ। ਦੇਖੋ ਜੀ, ਹੁਣ ਮੇਰਾ ਜਿਹੜਾ ਮੇਨ ਮਕਸਦ ਹੈ ਉਹ ਇਲੈਕਸ਼ਨ ਲੜਨਾ ਨਹੀਂ ਸੀ, ਕਿਉਂਕਿ ਮੇਰੇ ਅੱਗੇ ਜਸਟਿਸ ਹੈ, ਮੈਂ ਜਸਟਿਸ ਨੂੰ ਸਮਾਂ ਤਾਂ ਹੀ ਦੇ ਪਾਊਂਗਾ ਜੇ ਮੈਂ ਫਰੀ ਰਹਿੰਦਾ ਉਸ ਗੱਲ ਤੋਂ। 2 ਦੇ ਉੱਤੇ ਮੇਰੀ ਘਰੇਲੂ ਪੁਜੀਸ਼ਨ ਇੱਦਾਂ ਦੀ ਹੈ, ਛੋਟਾ ਜਿਹਾ ਬੱਚਾ ਹੈ, ਸਾਰੀ ਚੀਜ਼ ਸੰਭਾਲਣੀ ਮੇਰੇ ਲਈ ਪਹਿਲਾਂ, ਜੇ ਮੈਂ ਆਪਣਾ ਘਰ ਚੰਗੀ ਤਰ੍ਹਾਂ ਸੰਭਾਲੂਗਾ ਫਿਰ ਹੀ ਮੈਂ ਅੱਗੇ ਸਮਾਜ ਬਾਰੇ ਸੋਚ ਸਕਦਾ, ਤਾਂ ਪਹਿਲਾਂ ਮੈਨੂੰ ਆਪਣੇ ਪੈਰਾਂ 'ਤੇ ਖੜਨਾ, ਫਿਰ ਉਸ ਤੋਂ ਬਾਅਦ ਜੇ ਕੋਈ ਜਦੋਂ ਪੋਲੀਟੀਕਲ ਪਾਰਟੀ 'ਚ ਤਾਂ ਮੈਂ ਹੈਗਾ ਹੀ ਹਾਂ, ਇਲੈਕਸ਼ਨ ਲੜਦਾ ਕੋਈ ਮੇਰੇ ਲਈ ਕੋਈ ਆਲੋਕਾਰੀ ਨਵੀਂ ਗੱਲ ਤਾਂ ਹੈ ਨਹੀਂ, ਜੇ ਕੋਈ ਹਾਲਾਤ ਚੰਗੇ ਬਣੇ ਤਾਂ ਹੋ ਸਕਦਾ ਲੜ ਵੀ ਲਈਏ। ਅੱਛਾ, ਤੁਹਾਡੇ ਬੇਟਾ ਜੀ ਨੇ MLA ਦੀ ਚੋਣ ਲੜੀ ਸੀ, ਉਹ ਹਾਰ ਗਏ ਸੀ, ਠੀਕ ਹੈ, ਅਤੇ ਹੁਣ ਜਿਸ ਤਰ੍ਹਾਂ ਸਿੱਧੂ ਸਾਹਿਬ ਖੜੇ ਹੋਏ, ਤੁਸੀਂ ਉਹਨਾਂ ਨੂੰ ਸਮਰਥਨ ਦਿੱਤਾ ਹੈਗਾ, ਤੁਹਾਨੂੰ ਲੱਗਦਾ ਵੀ ਹੁਣ ਲੋਕ ਜਿਹੜੇ ਹੈਗੇ ਆ ਖਾਸ ਕਰ ਮਾਨਸਾ ਇੱਕ ਬਦਲਾ ਲੈਣਗੇ ਅਤੇ ਵੱਡੀ ਮਾਰਜਨ ਜਿਤਾਣਗੇ ਸਿੱਧੂ ਸਾਹਿਬ ਨਾਲ? ਦੇਖੋ ਬੇਟਾ, ਜਿੱਤ ਹਾਰ ਤਾਂ ਇਹਦਾ ਇੱਕ ਪਾਰਟ ਹੈ ਨਾ, ਉਹ ਤਾਂ ਬਣੀ ਆਈ, ਪਰੰਤੂ ਆਪਾਂ ਤਾਂ ਅਪੀਲ ਕਰ ਸਕਦੇ ਹਾਂ, ਹੈ ਨਾ, ਕੋਈ ਮਤਲਬ ਮੈਂ ਕਿਸੇ ਨੂੰ ਬਾਉਂਡ ਤਾਂ ਨਹੀਂ ਕਰ ਸਕਦਾ, ਮੈਂ ਇਹ ਕਹਿ ਸਕਦਾ ਵੀ ਮੈਨੂੰ ਇਹਨਾਂ ਲੋਕਾਂ ਤੋਂ ਉਮੀਦ ਹੈ, ਤਾਂ ਮੈਂ ਲੋਕਾਂ ਨੂੰ ਇੱਕ ਨਿਮਰਤਾ ਸਹਿਤ ਅਪੀਲ ਕਰ ਸਕਦਾ ਵੀ ਜੇ ਤੁਸੀਂ ਮਦਦ ਕਰ ਦੋਗੇ ਤਾਂ ਤੁਹਾਡਾ ਬੜਾ ਥੈਂਕਸ ਹੋਊਗਾ, ਅਦਰਵਾਈਜ਼ ਤੁਹਾਡਾ ਜੋ ਵੀ ਫੈਸਲਾ ਸਿਰ ਪੱਤੇ। ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ, ਔਰ ਬੈਲ ਆਈਕਨ ਕੋ ਦਬਾਈਏ ਹਮਾਰੀ ਲੇਟੈਸਟ ਵੀਡੀਓ ਸਬਸੇ ਪਹਿਲੇ ਦੇਖਣੇ ਕੇ ਲੀਏ।